ਮੋਦੀ ਸਰਕਾਰ ਨੇ ਖੇਤੀ ਉਤਪਾਦਾਂ ਦੀ ਖਰੀਦੋਫਰੋਖਤ ਤੇ ਵਪਾਰ ਸੰਬੰਧੀ ਜਿਹੜੇ ਤਿੰਨ ਆਰਡੀਨੈਂਸ ਪਾਸ ਕੀਤੇ ਨੇ ਵਿਰੋਧੀ ਧਿਰ ਵੀ ਕਹਿ ਰਹੇ ਨੇ ਕਿ ਕਿਸਾਨ ਵਿਰੋਧੀ ਨੇ ਤੇ ਕਿਸਾਨ ਵੀ ਕਹਿ ਰਹੇ ਕਿ ਉਹਨਾਂ ਦੇ ਹੱਕ ਖੋਏ ਜਾਣਗੇ ਉਹ ਮਾਰੇ ਜਾਣਗੇ ਹਾਲਾਂਕਿ ਸਰਕਾਰ ਵਾਰ-ਵਾਰ ਇਹ ਜਿਤਾਉਂਦਾ ਯਤਨ ਕਰ ਰਹੀ ਆ ਕਿ ਵਿਰੋਧੀ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਇਹ ਸਚਾਈ ਕੀ ਆ ਇਸ ਮਤਲਬਕ ਅਸੀਂ ਗੱਲਬਾਤ ਕਰਾਂਗੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਨਾਲ ਬਸ ਮੋਦੀ ਸਰਕਾਰ ਕਹਿ ਰਹੇ ਨੇ ਕਿ ਵਿਰੋਧੀ ਖਾਸ ਕਰਕੇ ਜਿਹੜੀ ਕਾਂਗਰਸ ਪਾਰਟੀ ਹੈ ਕਿਸਾਨਾਂ ਨੂੰ ਗੁੰਮਰਾਹ ਕਰੀਏ ਇਹਦੇ ਨਾਲ ਤਾਂ ਕਿਸਾਨਾਂ ਦਾ ਭਲਾ ਹੋਣਾ ਤੇ ਸੁਬੀਰ ਸਿੰਘ ਬਾਦਲ ਕਹ ਰਿਹਾ ਸੀ ਤੇ ਵੱਡੀ ਕੁਰਬਾਨੀ ਦੇਣ ਨੂੰ ਵੀ ਤਿਆਰ ਆ। ਵੇਖੋ ਤੁਹਾਡੇ ਟੀਵੀ ਚੈਨਲ ਦੇ ਜ਼ਰੀਏ ਜਗਤਾਰ ਜੀ ਮੈਂ ਸਾਰੇ ਸੁਣਨ ਵਾਲਿਆਂ ਨੂੰ ਇਹ ਗੱਲ ਕਲੀਅਰ ਕਰਨਾ ਚਾਹਨਾ ਵਿਸ਼ੇਸ਼ ਤੌਰ ਪੰਜਾਬ ਦੇ ਕਿਸਾਨਾਂ ਤੇ ਹਰਿਆਣੇ ਦੇ ਕਿਸਾਨਾਂ ਨੂੰ ਕਿ ਇਹ ਜਿਹੜਾ ਇਹ ਜ਼ਮੀਦਾਰਾਂ ਦੇ ਹੱਕ ਦੇ ਵਿੱਚ ਇਹ ਬਣੀ ਸੀ ਅਸੀਂ ਇਹ ਲੈ ਕੇ ਆਂਦਾ ਸੀ ਬਿੱਲ ਇਹ ਸਰ ਪ੍ਰਤਾਪ ਸਿੰਘ ਕਹਰੋਂ ਵੇਲੇ ਦਾ ਆਇਆ ਸੀ 60 ਸਾਲ ਹੋ ਚੁੱਕੇ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਹਿੰਦੁਸਤਾਨ ਦੇ ਵਿੱਚ ਕਣਕ ਦੀ ਤੇ ਝੋਨਾ ਤੇ ਆਇਆ ਹੀ ਬਾਤ 1964 ਚ ਆਇਆ ਤੇ ਜਦੋਂ ਪਹਿਲੀ ਹਰੀ ਕ੍ਰਾਂਤੀ ਲੈ ਕੇ ਆਏ ਨੇ ਪੰਡੇ ਜਵਾਲ ਲਲੇਰੂ ਉਸ ਟਾਈਮ ਦੇ ਉੱਤੇ ਸਾਡਾ ਦੇਸ਼ ਜਿਹੜਾ ਸੀ ਇੱਥੇ ਕਣਕ ਦੀ ਕਮੀ ਸੀ ਅਸੀਂ ਇੱਕ ਬੈਗਿੰਗ ਬਾਉਲ ਜਿਸ ਤਰ੍ਹਾਂ ਹੁੰਦਾ ਹੈ ਕਿ ਇੱਕ ਹੱਥ ਜੋੜ ਕੇ ਹਮੇਸ਼ਾ ਅਮਰੀਕਾ ਕੋ ਜਾਂਦੇ ਸੀ ਕਿ ਸਾਨੂੰ ਕਣਕ ਦੀ ਲੋੜ ਹੈ ਤਾਂ ਪਹਿਲੀ ਹਰੀ ਕ੍ਰਾਂਤੀ ਜਦੋਂ ਲੈ ਕੇ ਆਂਦੀ ਉਦੋਂ ਪੰਜਾਬ ਹਰਿਆਣਾ ਹਿਮਾਚਲ ਇਕੱਠੇ ਸੀ ਉਸ ਟਾਈਮੇ ਜਿਹੜਾ ਸੀ ਐਕਟ ਲੈ ਕੇ ਆਂਦਾ ਸੀ ਉਹਦੇ ਵਿੱਚ ਬੇਸਿਕਲੀ ਇਹ ਸੀ ਕਿ ਅਸੀਂ ਨਵੀਆਂ ਮੰਡੀਆਂ ਬਣਾ ਸਕੀਏ ਖਰੀਦੋ ਫਰੋਕਤ ਦਾ ਪ੍ਰੋਗਰਾਮ ਕਿਸਾਨਾਂ ਨੂੰ ਖੱਜਲ ਖਰਾਬੀ ਨਾ ਹੋਵੇ ਗਵਰਨਮੈਂਟ ਇਦੀ ਖਰੀਦੋ ਫਰੋਖਤ ਖੁਦ ਕਰੇ ਉਹਨੂੰ ਕੀਮਤ ਠੀਕ ਮਿਲੇ ਤੇ ਜ਼ਿੰਮੇਦਾਰ ਨੂੰ ਕਿਤੇ ਹੋਰ ਜਿਸ ਤਾਂ ਤੁਹਾਨੂੰ ਪਤਾ ਹੈ ਕਿ ਪਹਿਲੇ ਵੀ ਜਿਹੜੇ ਪਾਵਰ ਬ੍ਰੋਕਰ ਸੀ ਇਸ ਦੇ ਵਿੱਚ ਆੜਤੀ ਸੀ ਉਹ ਬਹੁਤ ਜ਼ਿਆਦਾ ਐਡਵਾਂਟੇਜ ਲੈਂਦੇ ਸੀ ਇਹਦੀ ਗੁਰਬਤ ਦਾ ਸੋ ਜਦੋਂ ਇਹ ਪਹਿਲੇ ਕਣਕ ਆਈ ਕਣਕ ਤੋਂ ਬਾਅਦ ਫਿਰ ਝੋਨਾ ਆਇਆ ਨਵੇਂ ਬੀਜ ਆਏ ਝੋਨੇ ਦੇ ਤੋਂ ਲਗਾਤਾਰ 60 ਸਾਲ ਤੋਂ ਸਾਰਿਆਂ ਨੂੰ ਵੱਧ ਕਣਕ ਤੇ ਝੋਨਾ ਜਿਹੜਾ ਹੈ ਇਹ ਖਿੱਤਾ ਜਿਹੜਾ ਪੰਜਾਬ ਦਾ ਹੈ ਜੁਆਇੰਟ ਪੰਜਾਬ ਇਹਦੇ ਚ ਅੱਜ ਹਰਿਆਣਾ ਬਣ ਗਿਆ ਜਾਂ ਵੈਸਟਰਨ ਯੂਪੀ ਇਹ ਤਿੰਨੇ ਜਗ੍ਹਾ ਤੇ ਮੰਡੀਆਂ ਚੱਲਦੀਆਂ। ਜੀ ਜੀ। ਦੂਸਰੀ ਗੱਲ ਇਹਦੇ ਚ ਵੱਡੀ ਹੈ ਕਿ ਤਕਰੀਬਨ ਪੰਜਾਬ ਨੂੰ ਹੁਣ 3600 ਤੋਂ 3700 ਕਰੋੜ ਰੁਪਏ ਮੰਡੀ ਫੀਸ ਆਂਦੀ। ਬਿਲਕੁਲ ਜੀ। ਆੜਤੀਆਂ ਨੂੰ ਵੀ ਵਿੱਚੋਂ ਫੀਸ ਜਾਂਦੀ ਏ। ਇਹਦੇ ਵਿੱਚੋਂ ਹੀ ਜਿਹੜੀ ਆਰਡੀਐਫ ਦੀ ਫੀਸ ਆਂਦੀ ਏ ਮੰਡੀ ਫੀਸ ਦੇ ਵਿੱਚੋਂ ਹੀ ਅਸੀਂ ਜਿੰਨੇ ਹਜ਼ਾਰਾਂ ਕਿਲੋਮੀਟਰ ਪੰਜਾਬ ਦੀਆਂ ਸੜਕਾਂ ਨੇ ਪਿੰਡੂ ਨਵੀਆਂ ਵੀ ਬਣਾਈਆਂ ਉਹਨਾਂ ਦੀ ਦੇਖਭਾਲ ਵੀ ਜਿਹੜੀ ਅਸੀਂ ਕਰਨੇ ਆ 6ਵੇਂ ਸਾਲ। ਉਹ ਵੀ ਇਸ ਰੀਕਾਰਪੇਟਿੰਗ ਇਸੇ ਤੋਂ ਹੁੰਦੀ ਹੈ ਮੰਡੀਆਂ ਵੱਡੀਆਂ ਵੀ ਬਣੀਆਂ ਛੋਟੀਆਂ ਵੀ ਬਣੀਆਂ ਨੇ ਜਦੋਂ ਵੀ ਕੋਈ ਕੋਈ ਐਮਐਲਏ ਜਾਂ ਮਨਿਸਟਰ ਆਪਣੇ ਏਰੀਆ ਵਿੱਚ ਤਰੱਕੀ ਚਾਹੁੰਦਾ ਹੈ ਤਾਂ ਉਹ ਹਰ ਸਾਲ ਮੰਡੀਆਂ ਦੇ ਵਿੱਚ ਐਡੀਸ਼ਨ ਹੁੰਦੀ ਹੈ ਸਾਡਾ ਪ੍ਰੋਕਿਊਰਮੈਂਟ ਦਾ ਸਿਸਟਮ ਇੰਨਾ ਬਿਹਤਰੀਨ ਹੈ ਕਿ ਕੋਵਿਡ ਦੇ ਵਿੱਚ ਕਰੋਨਾ ਵਾਇਰਸ ਦੇ ਵਿੱਚ ਜਿੱਥੇ ਮੁੰਡੇ ਆਪਣੇ ਬਾਪ ਦੀ লাশ ਨੂੰ ਮੁੰਡੇ ਤੇ ਰੱਖਣ ਤੋਂ ਭੜੇ ਪੈਂਦੇ ਸੀ ਉਸੇ ਟਾਈਮ ਦੇ ਦੌਰਾਨ ਮਿਲਿయన్స్ ਆਫ ਟਨਸ ਕਣਕ ਜਿਹੜੀ ਉਹਦੀ ਬੇਤਰੀਨ ਖਰੀਦ ਹੋਏ ਕੋਈ ਕਿਸਾਨ ਦੀ ਇਹ ਨਹੀਂ ਤੁਹਾਨੂੰ ਆਈ ਪੰਜਾਬ ਤੇ ਹਰਿਆਣਾ ਦੇ ਵਿੱਚ ਕਿ ਸਾਡਾ ਇੱਕ ਦਾਣਾ ਵੀ ਰੋਲਿਆ ਹੋਏ। ਤੋਂ ਇਹ ਹੈ ਉਦੋਂ ਦਾ ਜਿਹੜਾ ਮਾਰਕੀਟਿੰਗ ਸਟਰਕਚਰ ਅਸੀਂ ਬਣਾਇਆ ਸੀ 60 ਸਾਲ ਪਹਿਲੇ ਦਾ ਸਾਹ ਪ੍ਰਤਾਪ ਸਿੰਘ ਕਹਿ ਰਹੇ ਹਾਂ ਤੇ ਵੱਡੇ ਜਵਾਲਾ ਲਹਿਰ ਦੇ ਅਸ਼ੀਰਵਾਦ ਦੇ ਨਾਲ ਉਹ ਅੱਜ ਦੇ ਦਿਨ ਤੱਕ ਕਾਮਯਾਬ। ਹੁਣ ਆਈਏ ਅਸੀਂ ਭਾਜਪਾ ਦੀ ਲਾਈਨ ਤੇ। 2014 ਦੇ ਵਿੱਚ ਭੁੱਲਰ ਸਾਹਿਬ ਸ਼ਾਂਤਕਮਾਰ ਜੀ ਜਿਹੜੇ ਭਾਜਪਾ ਦੇ ਚੀਫ ਮਿਨਿਸਟਰ ਰਹਿ ਚੁੱਕੇ ਨੇ ਹਿਮਾਚਲ ਪ੍ਰਦੇਸ਼ ਦੇ। ਉਨ੍ਹਾਂ ਦੇ ਥੱਲੇ ਇੱਕ ਕਮੇਟੀ ਬਣਾਈ ਗਈ ਸ਼ੰਤਾ ਕੁਮਾਰ ਕਮੇਟੀ ਉਹਨੂੰ ਕਹਿੰਦੇ ਉਹਨੂੰ ਕਿਹਾ ਗਿਆ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ ਇਹਦੀ ਵਰਕਿੰਗ ਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਕੋਖ ਕਰੋ ਕਿ ਇਹਨੂੰ ਘਟਾ ਜਿਹੜਾ 30 35000 ਦਾ ਹਰ ਸਾਲ ਪੈਂਦਾ ਹੈ 1000 ਕਰੋੜ ਦਾ ਇਹਨੂੰ ਕਿਸ ਤਰ੍ਹਾਂ ਘਟਾ ਕੀਤਾ ਜਾਏ ਕੀ ਐਫਸੀਆਈ ਅਸੀਂ ਰੱਖਣੀ ਹੈ ਕਿ ਡਿਸਬੈਂਡ ਕਰਨੀ ਸ਼ੰਤਾ ਕੁਮਾਰ ਜੀ ਨੇ ਆਪਣੀ ਰਿਪੋਰਟ 'ਚ ਇਹ ਗੱਲ ਕਹੀ ਕਿ ਜੇ ਅਸੀਂ 30 35000 ਕਰੋੜ ਦਾ ਘਾਟੇ ਤੋਂ ਬਚਤ ਕਰਨੀ ਹੈ ਇਹਦੇ ਵਿੱਚ ਫੂਡ ਕਾਰਪੋਰੇਸ਼ਨ ਕਾਰਪੋਰੇਸ਼ਨ ਆਫ ਇੰਡੀਆ ਨੂੰ ਵਾਈਂਡ ਅਪ ਕਰਨਾ ਚਾਹੀਦਾ ਇਹਦਾ ਮਤਲਬ ਇਹ ਹੈ ਕਿ ਜਿਹੜੀ ਮਿਨਿਮਮ ਸਪੋਰਟ ਪ੍ਰਾਈਸ ਹੈ ਜਿਹਦੇ ਕਾਰਨ ਅੱਜ ਪੰਜਾਬ ਦਾ ਹਰਿਆਣਾ ਦਾ ਵੈਸਟਰਨ ਯੂਪੀ ਦਾ ਕਿਸਾਨ 60 ਸਾਲ ਤੋਂ ਉਹ ਆਪਣੇ ਪੈਰਾਂ 'ਚ ਖਲੋ ਸਕਿਆ ਤੇ ਜੇ ਖਰੀਦਣ ਵਾਲੀ ਏਜੰਸੀ ਕੜੀਏ ਪੰਜਾਬ ਅੱਜ ਜੋ ਖਰੀਦੋ ਫਰੋਕਤ ਕਰਦਾ ਹੈ ਫਿਰ ਐਫਸੀਆਈ ਵਾਸਤੇ ਕਰਦਾ ਐਫਸੀਆਈ ਫਿਰ ਸੈਂਟਰਲ ਪੂਲ 'ਚ ਕਣਕ ਤੇ ਛੋਨੇ ਨੂੰ ਪਾਉਂਦੀ ਹੈ ਹੁਣ ਇਹਦੇ ਪਿੱਛੇ ਅਸਲੀਅਤ ਪੰਜਾਬ ਦੇ ਫਾਰਮਰ ਨੂੰ ਮੈਂ ਦੱਸਣਾ ਚਾਹਨਾ ਜ਼ਿੰਮੇਦਾਰ ਭਰਾਵਾਂ ਨੂੰ ਦੱਸਣਾ ਚਾਹਨਾ ਕਿ ਪਹਿਲੇ ਪੰਜਾਬ ਹਰਿਆਣਾ ਤੇ ਵੈਸਟਰਨ ਯੂਪੀ ਹੀ ਕਣਕ ਤੇ ਝੋਨੇ ਦੀ ਪੈਦਾਵਾਰ ਕਰਦਾ ਸੀ ਹੁਣ ਇਹਦੇ ਵਿੱਚ ਰਾਜਸਥਾਨ ਇਹਦੇ ਵਿੱਚ ਮੱਧਿਆ ਪ੍ਰਦੇਸ਼ ਇਹਦੇ ਵਿੱਚ ਤੇਲੰਗਨਾ ਇਹਦੇ ਵਿੱਚ ਬਹੁਤ ਸਾਰੇ ਹੋਰ ਸੂਬੇ ਨੇ ਜਿੱਥੇ ਕਣਕ ਬਿਹਾਰ ਦੇ ਵਿੱਚ ਵੀ ਕਣਕ ਤੇ ਝੋਨੇ ਦੀ ਉਪਲਬਧੀ ਸ਼ੁਰੂ ਅਸਮ ਜੋ ਇਹ ਪ੍ਰੋਡਕਸ਼ਨ ਸ਼ੁਰੂ ਹੋ ਗਈ ਹੈ ਤੋ ਇਹਦੇ ਨਾਲ ਹੁਣ ਸੈਂਟਰ ਗਵਰਨਮੈਂਟ ਇਹ ਚਾਹਦੀ ਹੈ ਕਿ ਆਇਸਤਾ ਆਇਸਤਾ ਅਸੀਂ ਆਪਣੇ ਪੈਰ ਪਛਾਣ ਖਿੱਚੀਏ ਸਾਨੂੰ ਹੁਣ ਲੋੜ ਨਹੀਂ ਇਹਨਾਂ ਨੂੰ ਜਿਹੜਾ ਪਹਿਲੇ ਸੈਂਟਰ ਪੂਲ ਵਾਸਤੇ ਅਨਾਜ ਚਾਹੀਦਾ ਸੀ ਹੁਣ ਇਹਨਾਂ ਨੂੰ ਭਰਪੂਰ ਮਿਲ ਰਿਹਾ ਸਾਡਾ ਇਹ ਖਸ਼ਿਆ ਕਿ ਇਸ ਦੇ ਜ਼ਰੀਏ ਜਿਸ ਤਰ੍ਹਾਂ 1612 ਦੇ ਵਿੱਚ ਜੀ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਸਾਰਿਆਂ ਨੂੰ ਪਹਿਲੀ ਵਾਰ ਉਹਨਾਂ ਨੇ ਆਪਣੀ ਦੁਕਾਨ ਸੂਰਤ ਦੇ ਵਿੱਚ ਗੁਜਰਾਤ ਦੇ ਵਿੱਚ ਖੋਲੀ ਤੇ 150 ਸਾਲ ਬਾਅਦ 138 ਸਾਲ ਬਾਅਦ ਉਹ ਸਾਰੇ ਹਿੰਦੁਸਤਾਨ ਤੇ ਕਾਬਦ ਹੋ ਜਾ ਇੱਕ ਟਰੇਡਿੰਗ ਹਾਊਸ ਤੇ ਫਿਰ ਸਾਰੇ ਹਿੰਦੁਸਤਾਨ ਤੇ ਬ੍ਰਿਟਿਸ਼ ਸਾਮਰਾਜ ਜਿਹੜਾ ਸੀ ਪਹਿਲੇ ਉਹਨਾਂ ਟਰੇਡਿੰਗ ਵਾਸਤੇ ਕੰਪਨੀ ਕਰ ਲਈ ਤੇ ਫਿਰ ਉਹਨਾਂ ਨੇ ਕਬਜ਼ਾ ਹਿੰਦੁਸਤਾਨ ਤੇ ਕਰ ਲਿਆ ਹੁਣ ਮੈਂ ਪੰਜਾਬ ਦੇ ਜ਼ਿਮੀਦਾਰਾਂ ਨੂੰ ਦੱਸਣਾ ਚਾਹਨਾ ਤੇ ਤੁਹਾਨੂੰ ਵਾਰਨਿੰਗ ਕਰਨਾ ਚਾਹਨਾ ਅਡਾਨੀ ਜਿਹੜੇ ਨੇ ਉਹਨਾਂ ਨੇ ਇੱਕ ਆਪਣੀ 100 ਏਕੜ ਜਗ੍ਹਾ ਉਥੇ ਇਹਨਾਂ ਨੇ ਆਪਣੇ ਸੀਐਲਓਜ਼ ਬਣਾ ਰਹੇ ਨੇ ਆਪਣੀ ਮਾਰਕੀਟਿੰਗ ਦਾ ਪ੍ਰਬੰਧ ਕਰ ਲਿਆ ਉਹਦੇ ਵਿੱਚ ਰੇਲ ਕੈਰੇਜ ਰੇਲਵੇ ਕੈਰੇਜਸ ਵੀ ਨੇ ਕਿ ਰੇਲਵੇ ਦੀ ਲਾਈਨ ਵਿਛੀ ਹੈ ਨਾਲ ਉਹਦੇ ਉਥੋਂ ਤੱਕ ਬਕਾਇਦਾ ਤੌਰ ਤੇ ਉਹਨਾਂ ਦੇ ਗੋਦਾਮਾਂ ਤੱਕ ਗਵਰਨਮੈਂਟ ਆਫ ਰੇਲਵੇਜ਼ ਨੇ ਉਹਨਾਂ ਨੂੰ ਲਾਈਨਾਂ ਪਾ ਦਿੱਤੀਆਂ ਕਿ ਕੱਲ ਉਹਨਾਂ ਦਾ ਜਿੰਨੀ ਮਾਲ ਦੀ ਪਰਚੇਜ਼ ਕਰਨਗੇ ਉਹ ਡੱਬਿਆਂ ਉਹ ਵੈਗਨਾਂ ਦੇ ਜ਼ਰੀਏ ਸਾਰੇ ਹਿੰਦੁਸਤਾਨ ਚ ਘਲਾ ਸਕਦੇ ਇਹ ਬੇਸਿਕਲੀ ਚਾਹਦੇ ਨੇ ਕਿ ਆ ਹਿਸਤਾ ਹਿਸਤਾ ਐਫਸੀਆਈ ਪੈਰ ਪਿੱਛੇ ਖਿੱਚੀ ਚੱਲੇ ਪ੍ਰਾਈਵੇਟ ਏਜੰਸੀਆਂ ਰਿਲਾਇੰਸ ਵਰਗੀਆਂ ਡਾਨੀਆਂ ਵਰਗੀਆਂ ਜਾਂ ਹੋਰ ਅੰਬਾਨੀਆਂ ਵਰਗੀਆਂ ਦੇ ਵਿੱਚ ਆ ਜਾਣ ਤੇ ਹੌਲੀ ਹੌਲੀ ਕਰਕੇ ਖਰੀਦੋ ਫਰੋਖਤ ਇਹ ਕਰਨ ਗਵਰਨਮੈਂਟ ਹੌਲੀ ਹੌਲੀ 5-4 ਸਾਲ ਚ ਪੈਰ ਪਿੱਛੇ ਖਿੱਚ ਲੇ ਐਮਐਸਪੀ ਖਤਮ ਹੋ ਜੇ ਗਵਰਨਮੈਂਟ ਦੇ ਜ਼ਿੰਮੇਵਾਰੇ ਬੋਝ ਸਾਰਾ ਮੁੜਿਆ ਤਾਂ ਬੋਝ ਉਤਰ ਜੇ ਤੇ ਫਿਰ ਜ਼ਿੰਮੇਦਾਰ ਜਾਣੇ ਤੇ ਪ੍ਰਾਈਵੇਟ ਏਜੰਸੀਆਂ ਜਾਣ ਮੈਂ ਭੁੱਲਰ ਸਾਹਿਬ ਦੱਸਣਾ ਚਾਹਨਾ ਹੁਣੀ ਤੂੰ ਗੰਨੇ ਦੀ ਗੱਲ ਕਰੋ ਮੈਂ ਪਿੱਛੇ ਹੀ ਗੰਨੇ ਜਿਹੜਾ ਉਤਪਾਦਨ ਕਰਨ ਵਾਲਾ ਕਿਸਾਨ ਹੈ ਸਾਡੇ ਏਰੀਆਜ਼ ਦਾ ਸੁਮੂੱਚੇ ਪੰਜਾਬ ਦੇ ਵਿੱਚ ਉਹਨਾਂ ਦਾ 2 ਸਾਲ ਦੀ ਪੇਮੈਂਟ ਪ੍ਰਾਈਵੇਟ ਮਿਲਾਂ ਨੇ ਨਹੀਂ ਕੀਤੀ ਜੀ ਜੀ ਕਈ 100 ਕਰੋੜ ਰੁਪਏ ਦੀ ਪੇਮੈਂਟ ਰਹਿਂਦੀ ਹੈ ਇਹੀ ਹਾਲ ਹੋਏਗਾ 5 ਸਾਲ ਤੋਂ ਬਾਅਦ ਜਦੋਂ ਗਵਰਨਮੈਂਟ ਬਾਹਰ ਹੋ ਜਾਏਗੀ ਅਸੀਂ ਕਹਿੰਦੇ ਜੇ ਗਵਰਨਮੈਂਟ ਵਿੱਚ ਰਹੇ ਫਿਰ ਪ੍ਰਾਈਮ ਮਿਨਿਸਟਰ ਆ ਕੇ ਵਚਨ ਦੇਣ ਇਸ ਗੱਲ ਦਾ ਜ਼ੁਬਾਨ ਦੇਣ ਕਿ ਜਿੰਨਾ ਚਿਰ ਭਾਜਪਾ ਦੀ ਸਰਕਾਰ ਰਹੇਗੀ ਅਸੀਂ ਕੰਮ ਨਹੀਂ ਕਰਾਂਗੇ ਮੈਂ ਸਵਾਲ ਕਰਨਾ ਚਾਹਨਾ ਪ੍ਰਧਾਨ ਮੰਤਰੀ ਜੀ ਨੂੰ ਕਿ ਪ੍ਰਧਾਨ ਮੰਤਰੀ ਜੀ ਇਹਦਾ ਜਵਾਬ ਦਿਓ ਕਿ ਇੱਕ ਪਾਸੇ ਤੇ ਕੋਰੋਨਾ ਵਾਇਰਸ ਚੱਲ ਰਿਹਾ ਹੈ ਅੱਜ ਤੋਂ ਮਹੀਨੇ ਨੂੰ ਨਹੀਂ ਤੇ ਡੇਢ ਨੂੰ ਸਾਡਾ ਪਾਰਲੀਮੈਂਟ ਜਿਹੜਾ ਹੈ ਜੁਲਾਈ ਦੇ ਵਿੱਚ ਚੱਲਣਾ ਜੁਲਾਈ 'ਚ ਨਹੀਂ ਤੇ ਅਗਸਟ ਚੱਲ ਜਾਏਗਾ ਐਡੀ ਕੀ ਕਾਲ ਸੀ कि ਅਸੀਂ ਇੱਕ ਆਰਡੀਨੈਂਸ ਲੈ ਕੇ ਆ ਅਸੀਂ ਪਾਰਲੀਮੈਂਟ ਦਾ ਰੂਟ ਕਿਉਂ ਨਹੀਂ ਲਿਆ ਆਰਡੀਨੈਂਸ ਦੀ ਅੱਜ ਆਣਾ ਚਾਹੁੰਦਾ ਸੀ ਕਿ ਤੁਸੀਂ ਕਹਿ ਰਹੇ ਕਿ ਪ੍ਰਧਾਨ ਮੰਤਰੀ ਸਾਨੂੰ ਵਚਨ ਦੇਣਾ ਚਾਹੀਦਾਗਾ ਐਡੀ ਇੰਪੋਰਟੈਂਟ ਸੀ ਇਨੀ ਐਮਰਜੈਂਸੀ ਸੀ ਪਾਰਲੀਮੈਂਟ ਚ ਉਹਨਾਂ ਚ ਸੰਸਦ ਜੀ ਮੈਜੋਰਟੀ ਲੋਕ ਸਭਾ ਚ ਵੀ ਰਾਜ ਸਭਾ ਚ ਵੀ ਫਿਰ ਵੀ ਇਨੀ ਕਾਲੀ ਕਿਉਂ ਦਿਖਾਤੀ ਮੈਂ ਉਹੀ ਇਹੀ ਤੁਹਾਨੂੰ ਮੈਂ ਕਹਿ ਰਿਹਾ ਕਿ ਕੱਲ ਦਾ ਮਤਲਬ ਇਹ ਹੈ ਕਿ ਲੋਕ ਸਾਰੇ ਆਪਣੀ ਜਾਨ ਨੂੰ ਬਚਾਉਣ ਨੂੰ ਪਏ ਨੇ ਲੋਕ ਵਿਚਾਰੇ ਘਰਾਂ ਚ ਬੈਠੇ ਨੇ ਤੁਸੀਂ ਇੱਕ ਵੱਡੀ ਆਫਤ ਇੱਕ ਵੱਡੀ ਆਫਤਾ ਕਿਸਾਨਾਂ ਵਾਸਤੇ ਤੁਸੀਂ ਇੱਕ ਹੋਰ ਖੜੀ ਕਰ ਲਈ ਦੂਜੀ ਬੋਲਰ ਸਾਹਿਬ ਮੈਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਬਾਰੇ ਥੋੜਾ ਜਿਹਾ ਬੈਕਗ੍ਰਾਉਂਡ ਦੱਸਣਾ ਚਾਹੁੰਦਾ ਜਦੋਂ ਸਤਾਰ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਇਸ ਟਾਈਮ ਪ੍ਰਧਾਨ ਨੇ ਅਕਾਲੀ ਦਲ ਦੇ ਇਹ ਭਾਜਪਾਈ ਸਾਹਿਬ ਦੀ ਸਰਕਾਰ ਦੇ ਵਿੱਚ ਇਹ ਮਿਨਿਸਟਰ ਆਫ ਸਟੇਟ ਫਾਰ ਇੰਡਸਟਰੀ ਤੇ ਕਮਰਸ ਉਸ ਟਾਈਮ ਤੇ ਇਹੋ ਜਿਹਾ ਇੱਕ ਨਵਾਂ ਕਾਨੂੰਨ ਬਾਜਪਾਈ ਸਾਹਿਬ ਲੈ ਕੇ ਆਏ ਹਿਲੀ ਸਟੇਟਸ ਵਾ ਜਿਨੇ ਪਹਾੜੀ ਸੂਬੇ ਨੇ ਉਹਨਾਂ ਨੂੰ ਇੱਕ ਇਹਨਾਂ ਨੇ ਟੈਕਸ ਹੌਲੀਡੇ ਦਿੱਤਾ ਸਪੈਸ਼ਲ ਕੰਸੈਸ਼ਨ ਦਿੱਤੇ ਇੰਡਸਟਰੀ ਨੂੰ ਕਿ ਜਿਹੜਾ ਹਿਮਾਚਲ ਚ ਲਾਣਾ ਚਾਹੇ ਜਿਹੜਾ ਜੰਮੂ ਕਸ਼ਮੀਰ ਚ ਲਾਣਾ ਚਾਹੇ ਜਿਹੜਾ ਉਤਰਾੰਚਲ ਚ ਇੰਡਸਟਰੀ ਲਾਣਾ ਚਾਹੇ ਜਾਂ ਜਿਹੜੀ 7 ਸਿਸਟਰ ਸਟੇਟਸ ਨੇ ਨਾਰਥ-ਈਸਟ ਦੀਆਂ ਉਹਦੇ ਵਿੱਚ ਜਿਸ ਦਾ ਮਹਗਾਲੇ ਹੈ ਅਸਾਮ ਹੈ ਤ੍ਰਿਪੁਰਾ ਇਹ ਜਿੰਨੀਆਂ ਸਟੇਟਸ ਨੇ ਨਾਰਥ-ਈਸਟਰਨ ਸਟੇਟਸ ਸਿਕਮ ਹੈ ਸਿਸਟਰ ਸਟੇਟਸ ਜਿਹੜੀਆਂ ਨੇ ਉੱਥੇ ਕੋਈ ਬੀਜ਼ੂਰਾਮ ਦੇ ਵਿੱਚ ਇੰਡਸਟਰੀ ਲਗਾਣਾ ਚਾਹੇਗਾ ਨਾਗਾਲੈਂਡ ਚ ਲਾਣਾ ਚਾਹੇਗਾ ਉਹਨੂੰ ਸਪੈਸ਼ਲ ਟੈਕਸ ਬੈਨੀਫਿਟ ਹੈ ਹੁਣ ਪੰਜਾਬ ਨੂੰ ਨੁਕਸਾਨ ਕੀ ਹੋਇਆ ਉਦੋਂ ਵੀ ਸਿਗਨੇਟਰੀ ਸਾਹਿਬ ਸੁਖਬੀਰ ਸਿੰਘ ਬਾਦਲਰੋ ਦੇ ਵਿੱਚ ਨੇ ਪੰਜਾਬ ਦੀ ਇੰਡਸਟਰੀ ਭੱਜੀ ਕਿਉਂ ਜਿੰਨੀ ਤੁਹਾਡੀ ਮਾਲਵੇ ਦੀ ਤੇ ਲੁਧਿਆਣੇ ਦੀ ਇੰਡਸਟਰੀ ਸੀ ਉਹਦੀ ਬਹੁਤ ਸਾਰੀ ਜਿਹੜੀ ਐਕਸਪੈਂਸ਼ਨ ਹੋਣੀ ਸੀ ਪੰਜਾਬ ਉਹ ਸਾਰਿਆਂ ਨੇ ਬੱਦੀ ਵਿੱਚ ਲਗਾ ਲਈ ਕਿਉਂਕਿ ਟੈਕਸ ਹੌਲੀਡੇ ਮਿਲ ਗਿਆ ਉਹਨਾਂ ਨੂੰ ਸਪੈਸ਼ਲ ਬੈਨੀਫਿਟ ਇਨਕਮ ਟੈਕਸ ਤੇ ਸੇਲ ਟੈਕਸ ਤੇ ਮਿਲ ਗਏ ਜਿਹੜੀ ਦੁਆਬੇ ਦੀ ਤੇ ਮਾਝੇ ਦੀ ਸੀ ਅੰਮ੍ਰਿਤਸਰ ਜਲੰਧਰ ਰੋ ਹਸ਼ਿਆਰਪੁਰ ਤੇ ਗੁਰਦਾਸਪੁਰ ਉਹ ਡਮਟਾਲ ਚਲੀ ਗਈ ਹਮਚਲ ਜਾਂ ਉਹ ਕਠੂਏ ਚਲੀ ਗਈ ਜੰਮੂ ਕਸ਼ਮੀਰ ਚ ਸਾਡੀ ਫਰਦਰ ਐਕਸਪੈਂਸ਼ਨ ਖਤਮ ਹੋ ਗਈ ਹੁਣ ਮੈਂ ਬੀਬੀ ਹਰ ਸਿਮਰਨ ਕੌਰ ਜੀ ਨੂੰ ਕਹਿ ਰਿਹਾ ਕਿ ਬੀਬੀ ਜੀ ਤੁਹਾਡੇ ਦਸਕਤ ਨੇ ਤਿਆਰ ਹੋ ਯਾਦ ਨਿਕਲੋ ਇਹ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਮੇਸ਼ਾ ਪਹਿਰਾ ਦੇਣ ਵਾਲੇ ਆ ਜਾਂ ਅਸੀਂ ਕਿਸਾਨਾਂ ਵਾਸਤੇ ਵੱਡੇ ਤੋਂ ਵੱਡੀ ਅਸੀਂ ਕੁਰਬਾਨੀ ਦੇਣ ਨੂੰ ਤਿਆਰ ਆ ਜ਼ੁਬਾਨੀ ਨਹੀਂ ਗੱਲ ਇਹ ਹੋਣੀ ਹੈ ਮੈਂ ਤੁਹਾਨੂੰ ਪਹਿਲੇ ਇਹ ਗੱਲ ਦੱਸ ਰਿਹਾ ਕਿ ਇਹਨੂੰ ਵਾਪਸ ਲੈਣਾ ਚਾਹੀਦਾ ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਇਹ ਗੱਲ ਜਿਹੜੀ ਹੈ ਉਹ ਪ੍ਰਾਈਵੇਟ ਵੇਖ ਹੁਣ ਕੌਣ ਰੋਕ ਰਿਹਾ ਜੀ ਅੱਜ ਵੀ ਵੇਖੋ ਅਸੀਂ ਵੀ ਜ਼ਿੰਮੇਦਾਰ ਆਂ ਚੋਨਾ ਜਾਂ ਕਣਕ ਜਦੋਂ ਮੰਡੀਆਂ ਦੇ ਵਿੱਚ ਕੋਈ ਪ੍ਰਾਈਵੇਟ ਖਰੀਦਦਾਰ ਆਂਦਾ ਹੈ ਤੋ ਆੜਤੀਆਂ ਨੂੰ ਕਹਿੰਦਾ ਕਿ ਯਾਰ ਜਿੱਥੇ 2000 ਦੀ ਕਣਕ ਗਵਰਨਮੈਂਟ ਦੀ ਹੈ ਮੈਂ ਤੁਹਾਨੂੰ 2100 ਦੇਣਾ 2200 ਦੇਣਾ ਤੇ ਜਿੰਨੀ ਮਰਜ਼ੀ ਮੰਡੀ 'ਚ ਚੁੱਕ ਲੈ ਕਿਸੇ ਅੱਛਾ ਇਹਦੇ ਵਿੱਚ ਹੁਣ ਇਹ ਹੈ ਕਿ ਬਿਲਕੁਲ ਮੰਡੀ ਫੀਸ ਬੰਦ ਹੋ ਜਾਣੀ ਹੈ ਪੰਜਾਬ ਜਿਹੜੀ ਐ ਗ੍ਰੇਡੀਅਨ ਸਟੇਟ ਹੈ ਜਿਹੜੀ ਅੱਗੇ ਹੀ ਮਾਲੀ ਬਹੁਤ ਵੱਡੇ ਸੰਕਰਜ ਗੁਜ਼ਰ ਰਹੀ ਹੈ ਜੇ ਉਹਦਾ 4000 ਕਰੋੜ ਰੁਪਇਆ ਨਿਕਲ ਗਿਆ ਨਾ ਤੇ ਕਿਸੇ ਪਿੰਡੂ ਸੜਕ ਦੀ ਅੱਗੇ ਤੋਂ ਕੋਈ ਨਵੀਂ ਬਣ ਸਕੇ ਨਾ ਉਹਦੀ ਰਿਪੇਅਰ ਹੋ ਸਕੇ ਨਾ ਤੁਹਾਡੇ ਜਿਹੜੇ ਇਥੇ ਮੰਡੀ ਬੰਡੀ ਤੇ ਸ਼ੈੱਡ ਬਣੇ ਨੇ ਜਾਂ ਨਵੀਆਂ ਬੰਡੀਆਂ ਬਣੀਆਂ ਨਾ ਉਹਨਾਂ ਦੀ ਐਕਸਪੈਂਸ਼ਨ ਹੋ ਸਕੇ ਨਾ ਉਹਨਾਂ ਦੀ ਅਪਕੀਪ ਹੋ ਸਕੇ ਇਹਦੇ ਵਿੱਚ 30000 ਆੜਤੀ ਉਹਨਾਂ ਦੀ ਫੀਸ ਵੀ ਮਾਰੀ ਜਾਣੀ ਬਿਲਕੁਲ ਉਹਦੇ ਨਾਲ ਕੋਈ 2-3 ਲੱਖ ਲੇਬਰ ਦਾ ਬੰਦਾ ਕੰਮ ਕਰਦਾ ਪਾਂਡੀ ਨੇ ਤੋਲੇ ਨੇ ਸਾਰੇ ਨੇ ਉਹਨਾਂ ਦਾ ਕੰਮ ਨਿਬੜ ਜਾਣਾ ਇਹਦੇ ਨਾਲ ਤੇ ਘੱਟ ਤੋਂ ਘੱਟ 4 ਤੋਂ 5 ਲੱਖ ਆਦਮੀ ਜਿਹੜਾ ਡਾਇਰੈਕਟ ਇਨਡਾਇਰੈਕਟ ਕੰਮ ਕਰ ਰਿਹਾ ਪੰਜਾਬ ਦੇ ਵਿੱਚ ਉਹ ਖਤਮ ਹੋ ਗਿਆ 4000 ਛਾੜੀ ਪਏ ਉਹ ਜਿਹੜੀ 1000 ਕਰੋੜ ਰੁਪਏ ਦੀ ਮਨਾਫਾ ਉਹ ਚਲਾ ਗਿਆ ਤੇ ਪੰਜਾਬ ਤੇ ਬਿਲਕੁਲ ਹੀ ਖਤਮ ਹੋ ਗਿਆ ਜਿੱਥੇ ਐਗਰੀਕਲਚਰ ਸਟੇਟ ਸਬਜੈਕਟ ਦਾ ਸਰਕਾਰ ਹਰਿਆਣਾ ਦੀ ਤੇ ਮਜਬੂਰੀ ਹੋ ਸਕਦੀ ਕਿਉਂਕਿ ਉੱਥੇ ਭਾਜਪਾ ਰੂਲ ਕਰ ਰਹੀ ਹੈਗੀ ਹੈ ਪੰਜਾਬ ਸਰਕਾਰ ਕੈਪਟਨ ਮਿਰਨ ਸਿੰਘ ਸਰਕਾਰ ਚੁਣੌਤੀ ਦੇ ਸਕਦੀ ਕਿਸੇ ਮੰਚ ਤੇ ਆਗੇ ਜੀ ਵੇਖੋ ਮੈਂ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹ ਅਪੀਲ ਕਰਾਂਗਾ ਕੈਪਟਨ ਸਾਹਿਬ ਕੋਰੋਨਾ ਦੇ ਵਿੱਚ ਹੁਣ ਬਾਹਰ ਨਿਕਲੋ ਜੀ ਇਹ ਪੰਜਾਬ ਦੀ ਜ਼ਿੰਦਗੀ ਅਤੇ ਮੌਤ ਦੀ ਇਹ ਇੱਕ ਮੌਕਾ ਆ ਗਿਆ ਹੈ ਇਹ ਜ਼ਿੰਦਗੀ ਔਰ ਮੌਤ ਦੀ ਗੱਲ ਹੈ ਤੁਸੀਂ ਕੋਰੋਨਾ ਤੋਂ ਬਾਹਰ ਨਿਕਲੋ ਆਪਣੇ ਸਾਰੇ ਹੀ ਐਮਪੀਜ਼ ਸਾਰੀਆਂ ਪਾਰਟੀਆਂ ਦੇ 올 ਪਾਰਟੀ ਮੀਟਿੰਗ ਇਮੀਡੀਏਟਲੀ ਬੁਲਾਓ ਦਿੱਲੀ ਲੈ ਕੇ ਜਾਓ ਪ੍ਰਾਈਮ ਮਿੰਿਸਟਰ ਨਾਲ ਗੱਲ ਕਰੋ ਤੇ ਉਹਨਾਂ ਨੂੰ ਕਹੋ ਜੀ ਕਿ ਇਹ ਸਟੇਟ ਸਬਜੈਕਟ ਹੈ ਸੂਬੇ ਦੀ ਬਿਹਤਰੀ ਵਾਸਤੇ ਜੇ ਕੁਝ ਹੋਏਗਾ ਤੇ ਸੂਬੇ ਦੀ ਸਰਕਾਰਾਂ ਤੇ ਰਹਿੰਦੇ ਹਰਿਆਣਾ ਕਰਨਾ ਚਾਹੁੰਦੀ ਇੰਡੀਵਿਜੂਅਲ ਤੌਰ ਤੇ ਕਰ ਲੈਣ ਦੋ ਬਟ ਪੰਜਾਬ ਨੂੰ ਇਸ ਤੋਂ ਬਾਹਰ ਰੱਖਿਆ ਜਾ ਪੰਜਾਬ ਦੀ ਕਿਸਾਨੀ ਵਾਸਤੇ ਇਹ ਡੈਥ ਨੀਲ ਤਾਂ ਮੈਂ ਕਹਿਣਾ ਚਾਹੁੰਦਾ ਇਹ ਬਹੁਤ ਘਾਤਕ ਹੈ ਕੈਪਟਨ ਨਰਿੰਦਰ ਸਿੰਘ ਨੂੰ ਬਾਹਰ ਨਿਕਲ ਕੇ ਸਾਰੇ ਹੀ ਪਾਰਟੀਆਂ ਦੇ 올 ਪਾਰਟੀ ਐਮਪੀਜ਼ ਨੂੰ ਨਾਲ ਲੈਣਾ ਚਾਹੀਦਾ ਤੇ ਨਰਿੰਦਰ ਮੋਦੀ ਜੀ ਨਾਲ ਗੱਲ ਕਰਨੀ ਚਾਹੀਦੀ ਨਹੀਂ ਤੇ ਆਪਣੇ ਸਟੈਂਡ ਤੇ ਕੈਮ ਰਹਿਣਾ ਚਾਹੀਦਾ ਅਸੀਂ ਸਾਰੇ ਪੰਜਾਬ ਸਰਕਾਰ ਦੀ ਪਿੱਠ ਪਿੱਛੇ ਹੋਵਾਂਗੇ ਜੇ ਉਹ ਇਸ ਗੱਲ ਤੇ ਸਟੈਂਡ ਲੈਣ ਸ੍ਰੀ ਕੋਰਜ ਜਿੱਤੇ ਤੁਸੀਂ ਜ਼ਿਕਰ ਕੀਤਾ ਹਵਾਲਾ ਦਿੱਤਾ ਹੈ ਕਿ ਜਦੋਂ ਬਾਜਪਾਈ ਸਾਹਿਬ ਦੀ ਸਰਕਾਰ ਸੀ ਹਿਲ ਸਟੇਸ਼ਨ ਨੂੰ ਇਹਨਾਂ ਬੈਨੀਫਿਟ ਦੇਤੇ ਪੰਜਾਬ ਨੂੰ ਨੁਕਸਾਨ ਹੋਇਆ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਤੁਸੀਂ ਦਿੱਲੀ ਜਾ ਕੇ ਧਰਨਾ ਦਿੱਤਾ ਜਦੋਂ ਬਾਜਪਾਈ ਸਾਹਿਬ ਨੇ ਐਮਐਸਪੀ ਫ੍ਰੀਜ਼ ਕਰਤੀ ਸੀ ਹੁਣ ਇਹ ਮੰਡੀ ਕਨ ਸਿਸਟਮ ਨੂੰ ਤਬਾਹ ਕਰਨ ਜਾ ਰਹੇ ਇਹ ਤੋਂ ਸਮਝ ਕੇ ਲੱਗਦੀ ਹੈ ਕਿ ਭਾਜਪੀ ਨੂੰ ਪੰਜਾਬ ਦੇ ਨਾਲ ਵੈਸੇ ਕੋਈ ਰੰਜਿਸ਼ ਹੈਗੀ ਹੈ ਕਿ ਜਾਂ ਲੱਗਦਾ ਕਿ ਪੰਜਾਬ ਨੇ ਬਹੁਤ ਕੁਝ ਪੰਜਾਬ ਕੋ ਲੈ ਲਿਆ ਪੰਜਾਬ ਦਾ ਪਾਣੀ ਅਸੀਂ ਦੇ ਤਾ ਖੇਤੀਬਾੜੀ ਅਸੀਂ ਲੋਕਾਂ ਦਾ ਢਿੱਡ ਪਰਦੇ ਤੇ ਅੱਜ ਸਾਡੇ ਪੱਲੇ ਕੁਝ ਵੀ ਨਹੀਂ ਹੈਗਾ ਜੀ ਦੇਖੋ ਪੰਜਾਬ ਨਾਲ ਰੰਜਿਸ਼ ਹੈ ਕਿ ਨਹੀਂ ਹੈ ਇਹ ਤੇ ਨਹੀਂ ਮੈਂ ਕਹਿ ਸਕਦਾ ਮੈਂ ਕੋਈ ਐਹੋ ਜੀ ਸਟੇਟਮੈਂਟ ਨਹੀਂ ਦੇਣਾ ਚਾਹੁੰਦਾ ਜੇ ਦਾ ਮੇਰੇ ਕੋਲ ਕੋ ਬਹੁਤ ਵੱਡਾ ਸਬੂਤ ਹੈ ਨਹੀਂ ਬਟ ਇੱਕ ਜ਼ਰੂਰ ਹੈ ਕਿ ਭਾਜਪਾ ਦੀ ਬੜੀ ਦੇਰ ਤੋਂ ਕੋਸ਼ਿਸ਼ ਰਹੀ ਹੈ ਕਿ ਅਸੀਂ ਇਸ ਖਰੀਦੋ ਫਰੋਕਤ ਦੇ ਚੱਕਰ ਚੋਂ ਸਰਕਾਰ ਬਾਹਰ ਨਿਕਲੇ ਵੀ ਕੋ ਸੋਸ਼ਲ ਰਿਸਪੌਂਸਿਬਿਲਟੀ ਜੀ ਜੀ ਕਿਸਾਨਾਂ ਨੂੰ ਜਿਉਂਦਿਆਂ ਰੱਖਣਾ ਵਿਸ਼ੇਸ਼ਤ اور ਛੋਟੀ ਕਿਸਾਨੀ ਕਿਉਂਕਿ ਹਿੰਦੁਸਤਾਨ ਚ 5 ਏਕੜ ਤੇ 5 ਏਕੜ ਤੋਂ ਥੋੜਾ ਥੱਲੇ ਦਾ ਕੋ 70% ਦੀ ਜ਼ਿੰਮੇਦਾਰ ਹੈ ਉਹਨਾਂ ਨੂੰ ਬਚਾ ਕੇ ਕਿੰਨੇ ਰਹਿਣਾ ਉਹਨਾਂ ਨੂੰ ਪ੍ਰੋਟੈਕਟ ਕਿੰਨੇ ਕਰ ਰਹਾ ਸਰਕਾਰ ਨੇ ਕਰ ਪ੍ਰਾਈਵੇਟ ਵੇਖੋ ਤੁਸੀਂ ਵੱਡੇ ਆ ਵੇਖੇ Amazon ਦੇ ਆਪਾ ਸਟੋਰ ਵੇਖ ਲੈਣ ਜਦੋਂ ਦੇ ਵੱਡੇ Amazon ਦੇ ਸਟੋਰ ਆਏ ਨੇ ਪਹਿਲੇ ਕੀ ਹੋਇਆ ਪਹਿਲੇ ਦੁਕਾਨਾਂ ਗਈਆਂ ਫਿਰ ਰਿਹੜੀਆਂ ਗਈਆਂ ਫਿਰ ਫੜੀਆਂ ਗਈਆਂ ਤੇ ਹੁਣ ਕੱਲੀ Amazon ਰਹਿ ਗਈ ਹੈ ਜਿੰਨੀ ਉਹ ਪਹਿਲੇ 2-3-4 ਸਾਲ ਤੇ ਬਿੱਲ ਘਟ ਆਂਦਾ ਤੇ ਚਾਰਾ ਪੰਜਾ ਸਾਲਾਂ ਜਦੋਂ ਇਕੱਲੇ ਹੀ ਪਲੇਅਰ ਰਹਿ ਜਾਣਗੇ ਤਾਂ ਫਿਰ ਆਪਣੇ ਮੂੰਹ ਬੋਲੀਓ ਕੀਮਤ ਲੈਣਗੇ ਇਹਦੇ ਵਿੱਚ ਕਿਸਾਨੀ ਨੂੰ ਵੀ ਇਹੀ ਹੋਣਾ ਕਿ ਅੱਜ ਜਿੱਥੇ ਅਸੀਂ 2000 ਫੀ ਕੰਟਲ ਦਾ ਕਣਕ ਦਾ ਦੇਨੇ ਹਰ ਸਾਲ ਕੋਈ ਕਦੀ 50 ਰੁਪਏ ਵਧਣ ਕੋ 100 ਰੁਪਏ ਵਧੇ ਕੋ 150 ਵਧੇ ਕਦੀ 200 ਵਧੇ ਵਧ ਕਿ ਸਤ ਇਹ ਜਿਹੜੇ ਪ੍ਰਾਈਵੇਟ ਹਾਊਸ ਨੇ ਇਹਨਾਂ ਨੇ ਜਦੋਂ ਕੰਪਲੀਟ ਮਾਰਕੀਟ ਤੇ ਇਹਨਾਂ ਦਾ ਕਬਜ਼ਾ ਹੋ ਗਿਆ ਫਿਰ ਭਾਵੇਂ 1500 ਦੀ ਕਨਕ ਲੈਂਡ ਭਾਵੇਂ 1200 ਦੀ ਲੈਂਡ ਭਾਵੇਂ ਚੋਨਾ 1500 ਦਾ ਲੈਣ ਭਾਵੇਂ ਕਪਾ ਜਿਸ ਮਰਜ਼ੀ ਰੇਟ ਤੇ ਖਰੀਦ ਦੇਣ ਇਹ ਐਸਾ ਐਸਾ ਮੈਂ ਸਮਝੀ ਨਾ ਬਹੁਤ ਕਾਤਕ ਹੈ ਇਹ ਇਸ ਦੀ ਗੰਭੀਰਤਾ ਨੂੰ ਸਾਰੀਆਂ ਜਮਾਤਾਂ ਨੂੰ ਮੇਰੀ ਅਪੀਲ ਸਾਰੀ ਪੋਲਿਟਿਕਲ ਜਮਾਤਾਂ ਨੂੰ ਹੈ ਕਲੀ ਕਾਂਗਰਸ ਨੂੰ ਨਹੀਂ ਭਾਵੇਂ ਕਾਲੀਦਾਲੇ ਭਾਵੇਂ ਟਕਸਾਲ ਵਾਲੇ ਨੇ ਤੇ ਖਾਲੀ ਕਾਲੀ ਦਲ ਵਾਲੇ ਨੇ ਭਾਵੇਂ ਆਪ ਵਾਲੇ ਨੇ ਭਾਵੇਂ ਬਹੁਤ ਜਨ ਸਮਾਜ ਹੈ ਭਾਵੇਂ ਕਾਮਰੇਡ ਨੇ ਭਾਵੇਂ ਪਜਪਾ ਵਾਲੇ ਨੇ ਕਿ ਆਓ ਸਾਰੇ ਪੰਜਾਬੀ ਮੇਰੇ ਵੀਰੋ ਇਕੱਠੇ ਹੋਈਏ ਕਿਸਾਨੀ ਦੀ ਜੇ ਬੈਕਬੋਨ ਕਮਜ਼ੋਰ ਹੋ ਗਈ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਆਪਾਂ ਹਮੇਸ਼ਾ ਵਾਸੇ ਸੂਬਾ ਆਪਣਾ ਖਤਮ ਹੋ ਜਾਏਗਾ ਜੋ ਆਪਣੀ ਇੰਡਸਟਰੀ ਨਾ ਹੋਇਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਕਿ ਸਿਗਨੇਟਰੀ ਨੇ ਸਾਸਕਬੀਰ ਸਿੰਘ ਹੋ ਸਕਦਾ ਉਸ ਟਾਈਮ ਉਹਨਾਂ ਨੂੰ ਵੀ ਸਮਝ ਨਾ ਆਈ ਹੋਵੇ ਪਰ ਅੱਜ ਦਾ ਦਿਨ ਤੁਸੀਂ ਵੇਖੋ ਪੰਜਾਬ ਦੀ ਇੰਡਸਟਰੀ ਪੈਰਾਂ ਸਿਰ ਨਹੀਂ ਹੋ ਸਕੀ ਕਿਉਂਕਿ ਸਾਡੇ ਨਾਲ ਦੇ ਸੂਬੇ ਜਿਹੜੇ ਨੇ ਜਦੋਂ ਟੈਕਸ ਹੈ ਹੌਲੀਡੇ ਦਿਨ ਤੇ ਨੇ ਜੇ ਇੱਥੇ ਟੈਕਸ ਕਿਸੇ ਚੀਜ਼ ਤੇ 24% ਹੈ ਤੇ ਉਥੇ 6% ਜਾਂ 7% ਜਾਂ 8% ਸੇਲ ਟੈਕਸ ਹੈ ਤੇ ਸਾਡੇ ਅਸੀਂ ਬਰਾਬਰੀ ਕਰ ਨਹੀਂ ਸਕਦੀ ਸਾਡੀ ਇੰਡਸਟਰੀ ਕਿ ਕੈਪਟਨ ਮਿਰਿੰਦਰ ਸਿੰਘ ਨੂੰ 올 ਪਾਰਟੀ ਮੀਟਿੰਗ ਬੁਲਾ ਲੈਣੀ ਚਾਹੀਦੀ ਕਿਉਂਕਿ ਬਹੁਤ ਮਸਲਾ ਪੰਜਾਬ ਦੀ ਜ਼ਿੰਦਗੀ ਮੌਤ ਦਾ ਸਵਾਲ ਹੈਗਾ ਹਾਂਜੀ ਸੈਂਟਰ ਲੇਵਲ ਤੇ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਇਸ ਮੰਚ ਤੇ ਆ ਸਕਦੀ ਹੈਗੀਆਂ ਜੀ ਬੀਖੋ ਜਿੱਦਣ ਪਾਰਲੀਮੈਂਟ ਸ਼ੁਰੂ ਹੋਏਗੀ ਸਾਰੀਆਂ ਜਿਹੜੀਆਂ ਪਾਜਪਾ ਦੇ ਉਲਟ ਖਲੋਤੀਆਂ ਪਾਰਟੀਆਂ ਨੇ इवन ਜਿਹੜੀਆਂ ਪਾਰਟੀਆਂ ਪਾਜਪਾ ਨੂੰ ਸਪੋਰਟ ਵੀ ਕਰ ਰਹੀਆਂ ਉਹ ਵੀ ਸਾਰੀਆਂ ਮੇਰਾ ਖਿਆਲ ਕਿਸਾਨੀ ਦੀ ਬਿਹਤਰੀ ਵਾਸਤੇ ਕਿਉਂਕਿ 60% ਹਿੰਦੁਸਤਾਨ ਕਿਸਾਨੀ ਕਰਦਾ ਕੋਈ ਪੋਲੀਟੀਕਲ ਜਬਾਤ ਇਹੋ ਜੀ ਨਹੀਂ ਹੈ ਹਿੰਦੁਸਤਾਨ ਚ ਪਾਜਪਾ ਸਮੇਤ ਜਿਹੜੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੀ ਹੁੰਦੀ ਤਾਕਤ ਰੱਖਦੀ ਏ ਇਹ ਗੱਲ ਹੈ ਕਿ ਸਮਝ ਆਉਣ ਨੂੰ ਕਈ ਵਾਰ ਟਾਈਮ ਲੇਟ ਲੱਗਦਾ ਕਈ ਵਾਰ ਕੈਮੋਫਲਾਜ ਕਰ ਲੈਂਦੀਆਂ ਨੇ ਪਾਰਟੀਆਂ ਤੇ ਸਰਕਾਰਾਂ ਚੀਜ਼ ਦੀ ਪੈਕਿੰਗ ਇਹੋ ਜਿਹੀਆਂ ਕਰਦੀਆਂ ਕਿ ਅੰਦਰੋਂ ਜਾਪਦਾ ਕਿ ਪਤਾ ਨਹੀਂ ਕੀ ਚੀਜ਼ ਨਿਕਲਣੀ ਹੈ ਮੈਂ ਤੇ ਤੁਹਾਨੂੰ ਦੱਸ ਦਿੱਤਾ ਇਹਦੇ ਚ ਵੱਡਾ ਨੁਕਸਾਨ ਹੋਣਾ ਹੈ ਮੇਰੀ ਅਪੀਲ ਹੈ ਸਾਰਿਆਂ ਨੂੰ ਪਹਿਲੇ ਤੇ ਪੰਜਾਬੀ ਪਾਰਟੀਆਂ ਨੂੰ ਕਿ ਆਪਾਂ ਤੇ ਇਕੱਠੇ ਹੋਈਏ ਸਾਰੇ ਇਕੱਠੇ ਹੋ ਆਪਣੀ ਲੜਾਈ ਸਿਆਸੀ ਆਪਾਂ ਫੇਰ ਕਿਸੇ ਟਾਈਮ ਹੋਰ ਲੜ ਲਵਾਂਗੇ ਪਹਿਲੇ ਆਪਣੀ ਕਿਸਾਨੀ ਨੂੰ ਬਚਾਉਣ ਦੀ ਲੋੜ ਹੈ ਆਪਣੇ ਸੂਬੇ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨ ਦੀ ਲੋੜ ਹੈ ਬਾਕੀ ਗੱਲਾਂ ਬਾਅਦ ਦੀਆਂ ਕਿਸਾਨ ਵਿਰੋਧੀ ਕਿ ਪੰਜਾਬ ਵਿਰੋਧੀ ਵੀ ਫੈਸਲਾ ਮਹਿਸੂਸ ਕਰਦੇ ਤੁਸੀਂ ਨਹੀਂ ਕਿਸਾਨ ਵਿਰੋਧੀ ਤੇ ਜਿਹੜੀ ਚੀਜ਼ ਕਿਸਾਨ ਵਿਰੋਧੀ ਹੋਏ ਪੰਜਾਬ ਵਿਰੋਧੀ ਤੇ ਆਪੇ ਹੀ ਹੋਗੀ ਕਿਉਂਕਿ ਅਗਰੀਰੀਅਨ ਸਟੇਟ ਹੈ ਸਾਡਾ ਤੇ ਬੇਸ ਹੀ ਸਾਰਾ ਐਗਰੀਕਲਚਰ ਹੈ ਸਾਡਾ ਕਿਸਾਨ ਜਿਹੜਾ ਸਾਡੀ ਤੇ 80% ਜਿਹੜੀ ਇਕਨੋਮੀ ਹੈ ਉਹ ਤੇ ਕਿਸਾਨੀ ਤੇ ਬੇਸਡ ਹੈ ਜੇ ਸਾਡੇ ਆਹੀ ਚੀਜ਼ਾਂ ਚੱਲੀਆਂ ਗਿਆ ਸਾਡੀ ਮਾਰਕੀਟ ਵੀ ਇਸ ਹੀ ਚੱਲੇਗੀ 4000 ਕਰੋੜ ਘਟ ਗਿਆ ਤੇ ਮੈਨੂੰ ਦੱਸੋ ਕਿ ਪੰਜਾਬ ਸਰਕਾਰ ਜਿਹੜੀ ਜ਼ਿੰਮੇਦਾਰਾਂ ਦੀ ਬਿਜਲੀ ਫ੍ਰੀ ਕਰਦੀ ਏ ਅਸੀਂ 650 ਤੋਂ 7000 ਕਰੋੜ ਰੁਪਈਆ ਬਿਜਲੀ ਦੇ ਬਿੱਲਾਂ ਦਾ ਦੇਣੇ ਆ ਅਜੇ ਸਾਡੇ ਕੋਲ ਪੀਸੀਪੀਐਲ ਕੋ ਅਜੇ ਤੱਕ ਬਿੱਲ ਦੇਣ ਜੋ ਕੇ ਪੈਸੇ ਐ ਨਹੀਂ ਤੇ ਕੱਲ ਕਿੱਥੋਂ ਆਣਗੇ ਇਸੇ ਪੈਸੇ ਤੋਂ ਤੇ ਸਾਰੇ ਜਿਹੜਾ ਸਾਡਾ ਰੂਰਲ ਪੰਜਾਬ ਹੈ ਉਹਦੀ ਤਰੱਕੀ ਹੋ ਰਹੀ ਹੈ ਸਕੂਲ ਅਸੀਂ ਇਹਦੇ ਤੋਂ ਬੜਾਣੇ ਆ ਡਵੈਲਪਮੈਂਟ ਤੇ ਕੰਮ ਅਸੀਂ ਇਹਨਾਂ ਪੈਸਿਆਂ ਤੋਂ ਕਰਨੇ ਆ ਸੜਕਾਂ ਸੀ ਇਹਦੇ ਤੋਂ ਰੀ ਕਾਪਟ ਕਰਨੇ ਆ ਨਵੀਆਂ ਸੜਕਾਂ ਦੇ ਵੀ ਹਰ ਸਾਲ ਤੁਹਾਨੂੰ ਪਤਾ ਹੈ ਹਰ ਗਵਰਨਮੈਂਟ ਦੇ ਵਿੱਚ ਅਖੀਰ ਤੇ ਆ ਕੇ ਸਾਲ 2 ਸਾਲ 'ਚ ਐਮਐਲਏ ਨੂੰ 20 25 25 ਕਿਲੋਮੀਟਰ ਨਵੀਆਂ ਸੜਕਾਂ ਦੇ ਹੀ ਪੈਸੇ ਦਿੱਤੇ ਜਾਂਦੇ ਨੇ ਇਹ ਕਿੱਥੋਂ ਕੋਈ ਬਣਾਏਗਾ ਜੀ ਜੀ ਮੈਂ ਦੱਸੋ ਜੀ ਵਿਧਾਨਕ ਪੱਖੋਂ ਜਾਂ ਕਾਨੂੰਨ ਪੱਖੋਂ ਇਹ ਫੈਸਲਿਆਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਜੀ ਕੋਈ ਮੈਂ ਸਾਹਮਣੇ 100% ਦਿੱਤੀ ਜਾ ਸਕਦੀ ਹੈ ਦੇ ਦਿੱਤੀ ਜਾ ਵੀ ਸਕਦੀ ਤੇ ਦਿੱਤੀ ਵੀ ਜਾਏਗੀ ਅਸੀਂ ਲੜਾਈ ਪੂਰੀ ਲੜਾਂਗੇ ਇਦੇ ਬਾਅਦ ਸੇ ਕਚਹਿਰੀਆਂ ਚ ਵੀ ਲੜਾਂਗੇ ਪਾਰਲੀਮੈਂਟ ਚ ਵੀ ਲੜਾਂਗੇ ਇਦੇ ਬਾਅਦ ਚ ਅਸੀਂ ਸਮੁੱਚੀ ਜਿਹੜੀ ਪੋਲਿਟਿਕਲ ਲੀਡਰਸ਼ਿਪ ਹੈ ਦੁਸਤਾਨ ਦੀ ਉਹਨੂੰ ਅਪੀਲ ਕਰਾਂਗੇ ਜਦੋਂ ਪਾਰਲੀਮੈਂਟ ਚੱਲੇਗੀ ਮੇਰਾ ਖਿਆਲ ਇਹਦਾ ਬਹੁਤ ਭਾਰੀ ਵਿਰੋਧ ਹੋਏਗਾ ਇਹਨੂੰ ਕੈਮੋਫਲਾਜ ਕਰਕੇ ਦਾ ਦਾ ਪਾਰਲੀ ਮਾਰਨ ਦਿੱਤਾ ਜਾਏ ਐਡੀ ਵੱਡੀ ਮੈਜੋਰਟੀ ਮੋਦੀ ਸਰਕਾਰ ਕੋਈ ਚੋਰ ਮੋਰੀ ਦਾ ਦਰਵਾਜ਼ਾ ਕਿਉ ਸੁਨੇ ਆਰਡੀਨੈਂਸ ਲੈ ਕੇ ਆ ਰਹੇ ਨੇ ਐਡੀ ਕਿਹੜੀ ਵੱਡੀ ਗੱਲ ਹੈ ਡੇਢ ਮਹੀਨੇ ਬਾਅਦ ਪਾਰਲੀਮੈਂਟ ਖੁੱਲ ਅਗਰ ਚਲਾਲਦੀਏ ਤਾਂ ਉੱਥੇ ਵੀ ਬਹਿਸ ਹੋ ਸਕਦੀ ਸੀ ਇਹ ਵੇਖੋ ਠੀਕ ਹੈ ਐਸੇ ਗੱਲਾਂ ਹੀ ਵੱਡਾ ਕੁਐਸਚਨ ਮਾਰ ਪ੍ਰਸ਼ਨ ਚਨੇ ਇਸੇ ਗੱਲ ਦਾ ਕਿ ਜੇ ਅਸੀਂ ਆਰਡੀਨੈਂਸ ਲੈ ਕੇ ਆ ਰਹੇ ਹਾਂ ਉਹਦਾ ਮਤਲਬ ਹੈ ਕਿ ਇਹਦੇ ਵਿੱਚ ਕੋਈ 1921 ਦੀ ਗੱਲ ਹੈ ਜੇ ਤੇ ਬਿਲਕੁਲ ਕਿਸਾਨਾਂ ਦੇ ਹੱਕ ਚ ਹੁੰਦੀ ਤੇ ਫੇਰ ਤੇ ਇਹ ਆਪਣੀ ਉਪਲਬਧੀ ਵਜੋਂ ਸਾਰਿਆਂ ਸਾਹਮਣੇ ਰੱਖਦੇ ਉਹਦੇ ਤੇ ਕੋਖ ਹੁੰਦੀ ਉਹਦੇ ਤੇ ਡਿਸਕਸ਼ਨ ਹੁੰਦੀ ਪਾਰਲੀਮੈਂਟ ਦੇ ਵਿੱਚ ਅਬ ਇਹ ਥ੍ਰੈਡ ਬਈ ਡਿਸਕਸ਼ਨ ਹੁੰਦੀ ਫੇਰ ਪਾਸ ਕਰ ਦੇ ਇਹਦਾ ਸੋ ਪੋਲਿਟਿਕਲ ਲਾਹ ਲੈਣ ਦੀ ਕੋਸ਼ਿਸ਼ ਕਰਦੇ ਉਹਦਾ ਮਤਲਬ ਹੈ ਕਿ ਜਲਦੀ ਦੇ ਵਿੱਚ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਪਾਰਲੀਮੈਂਟ ਦਾ ਰਸਤਾ ਨਾ ਲੈਣਾ ਪਏ ਡਿਸਕਸ਼ਨ ਦਾ ਰਸਤਾ ਨਾ ਲੈਣਾ ਪਏ ਲੋਕਾਂ ਨੂੰ ਇਸ ਗੱਲ ਦੀ ਕੱਟ ਸਮਝ ਆ ਜਾ ਸਕੇ ਬਿਨਾ ਸਮਝ ਆਇਆ ਹੀ ਅਸੀਂ ਪਾਸ ਕਰਾ ਲਈਏ ਇਸ ਤਰ੍ਹਾਂ ਹੋ ਨਹੀਂ ਸਕਦਾ ਕਿ ਮੇਰਾ ਆਖਰੀ ਸਵਾਲ ਹੈ ਜੇ ਕਿਸਾਨ ਮਰ ਗਿਆਗਾ ਤੇ ਦੇਸ਼ ਬਚ ਜਾਊਗਾ ਜੀ ਮੇਰਾ ਕਹਿਣ ਦਾ ਮਤਲਬ ਜੇ ਕਿਸਾਨ ਗਿਆ ਤੇ ਅੱਜ ਦੇ ਦਿਨ ਤੁਸੀਂ ਵੇਖੋ ਸਾਰੀ ਦੁਨੀਆ ਦੇ ਵਿੱਚ ਇਹ ਕਿਸਾਨੀ ਨਹੀਂ ਸਾਰੀ ਦੁਨੀਆ ਬਚਾਈ ਜੀ ਬਿਲਕੁਲ ਕੀ ਹਾਲ ਸਾਡੀ ਮਾਈਗ੍ਰੈਂਟ ਲੇਬਰ ਦਾ ਹੋਇਆ ਗਰੀਬ ਲੋਕਾਂ ਦਾ ਵਿਚਾਰਿਆਂ ਦੀ ਜਿਨ੍ਹਾਂ ਨੂੰ ਦੋ ਵਕਤੀ ਰੋਟੀ ਦਾ ਜ਼ਰੀਆ ਨਹੀਂ ਸੀ ਜੇ ਸਾਡੇ ਕੋ ਫੂਡ ਸਟਾਕ ਹਿੰਦੁਸਤਾਨ ਚ ਆਉਂਦੇ 130 ਕਰੋੜ ਲੋਕਾਂ ਦੇ ਪੇਟ ਅਸੀਂ ਆ ਜਿਹੜੇ ਮਹੀਨਾ ਦੋ ਮਹੀਨਾ ਪਾਲੇ ਨੇ ਸੂਬੇ ਦੀਆਂ ਸਰਕਾਰਾਂ ਨੇ ਨੈਸ਼ਨਲ ਗਵਰਨਮੈਂਟ ਨੇ ਕਿਸ ਤਰ੍ਹਾਂ ਪਾਲੇ ਜੇ ਉਹੀ ਹਾਲਾਤ ਹੁੰਦੇ ਜਿਹੜੇ 1960 ਚ ਹੁੰਦੇ ਸੀ ਕਿ ਅਸੀਂ ਬੈਗਿੰਗ ਬਾਲ ਲੈ ਕੇ ਇੱਕ ਕਟੋਰਾ ਲੈ ਕੇ ਅਮਰੀਕਾ ਕੋਲ ਜਾਂ ਬਾਹਰਲੇ ਦੇਸ਼ਾਂ ਕੋ ਜਾਂਦੇ ਹੀ ਕਣਕ ਦੋ ਤੇ ਸਾਨੂੰ ਚਾਵਲ ਦੋ ਅੱਜ ਜੇ ਉਹ ਹਾਲਾਤ ਹੁੰਦੇ ਤਾਂ ਇਹ ਤੁਸੀਂ ਇਸ ਮਾਂ ਮਰੀ ਦੇ ਵਿੱਚ ਇੱਕ ਕਲਾਸ ਵਾਰ ਸ਼ੁਰੂ ਹੋ ਜਾਂਦੀ ਹੈਵਨ ਹੈਵ ਨੋਟ ਸੀ ਲੜਾਈ ਸ਼ੁਰੂ ਹੋ ਜਾਂਦੀ ਦੇਸ਼ ਜਿਹੜਾ ਬੇਕਾਬੂ ਹੋ ਜਾਂਦਾ ਤਾਂ ਇਸ ਜਿਹੜਾ ਸਤੇਰੇ ਸਾਡਾ ਸਰਕਾਰ ਜਿਹੜੀ ਅੱਜ ਵੀ ਦੇਸ਼ ਸਿਰ ਹੈ ਉਹ ਕੱਲਾ ਕਿਸਾਨੀ ਕਰ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਕਿਸਾਨਾਂ ਜੇ ਕਿਸਾਨਾਂ ਨੂੰ ਵੱਧ ਮੁੱਲ ਕਿਤੋਂ ਮਿਲ ਸਕਦਾ ਤੇ ਕੌਣ ਦੀ ਵੈਲਕਮ ਕਰੇਗਾ ਬਟ ਇਹਦੇ ਪਿੱਛੇ ਵੱਧ ਬੋਲ ਲੈਣਾ ਨਹੀਂ ਇਹਦੇ ਪਿੱਛੇ ਵੱਡੇ ਅਦਾਰਿਆਂ ਨੂੰ ਕਿਸਾਨਾਂ ਨੂੰ ਉਹਨਾਂ ਦੇ ਸਾਹਮਣੇ ਸੁੱਟਣਾ ਵੱਡੇ ਮਗਰਬੱਛਾਂ ਦੇ ਸਾਹਮਣੇ ਸੁੱਟਣ ਵਾਲੀ ਗੱਲ ਹੈ ਇਹ ਬਹੁਤ ਘਾਤਕ ਹੋਏਗੀ ਚਲੋ ਬਹੁਤ ਮਿਹਰਬਾਨੀ ਸੇ ਸਰਦਾਰ ਪ੍ਰਤਾਪ ਸਿੰਘ ਬਾਦਵਾ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਫੈਸਲਾ ਕਿਸਾਨਾਂ ਦੀ ਮੌਤ ਦਾ ਜਿਹੜਾ ਸਟੇਟਾਂ ਦੀ ਅਕਾਡਮੀ ਤੇ ਸਿੱਧਾ ਚੋੜ ਦੇਗਾ ਸਵਾਲ ਇਹ ਹੈ ਕਿ ਨਰਿੰਦਰ ਮੋਦੀ ਸਰਕਾਰ ਨੂੰ ਇੰਨੀ ਕਾਲੀ ਕਿਉਂ ਸੀ ਜੇ ਚੰਗਾ ਫੈਸਲਾ ਹੁੰਦਾ ਤੇ ਪਾਰਲੀਮੈਂਟ ਤੋਂ ਨਾ ਭੱਜਦੇ ਪਰ ਸਵਾਲ ਹੈ ਕਿ ਜਿੱਦਕ ਪੰਜਾਬ ਸਰਕਾਰ ਜਾਂ ਕੈਪਟਨ ਮਰਿੰਦਰ ਸਿੰਘ ਸਰਕਾਰ ਇਸ ਫੈਸਲੇ ਨੂੰ ਕਦੋਂ ਚੁਣੌਤੀ ਦੇਗੀ ਕਿਉਂਕਿ ਪੰਜਾਬ ਹੈ ਅਗਰੀਕਨ ਸਟੇਟ ਆ ਤੇ ਕਿਸਾਨੀ ਤੇ ਨਿਰਭਰ ਕਰਦਾ ਕੈਮਨ ਬਲਜਿੰਦਰ ਸਿੰਘ ਦੇ ਨਾਮ ਅਜਿਕਾਰ ਸਿੰਘ ਦੀ ਨਿਊਜ਼ ਚੰਡੀਗੜ੍ਹ